ਹਾਂਜੀ ਮੁੰਡਿਓ, ਕੀ ਹਾਲ ਚਾਲ? ਅਤੇ ਉਮੀਦ ਕਰਦਾ ਵੀ ਸਾਰੇ ਜਣੇ ਤੁਸੀਂ ਘੈਂਟ ਹੋਗੇ, ਅਤੇ ਮੈਂ ਤੁਹਾਡਾ ਆਪਣਾ ਤਾਲੀਵਾਲ, ਅਤੇ ਤੁਸੀਂ ਦੇਖ ਰਹੇ ਤਾਲੀਵਾਲ ਗੇਮਿੰਗ। ਅਤੇ ਬਾਈ ਜੀ, ਵੈਲ ਦੇ ਇੱਕ ਨੂੰ ਦਬਾ ਲਿਓ ਅਤੇ ਘੈਂਟ ਘੈਂਟ ਵੀਡੀਓ ਤੁਹਾਨੂੰ ਮਿਲਣੀਆਂ ਨੇ। ਹੁਣ ਕਲੈਬ ਸਲੈਬਾਂ ਚੱਲਿਆ ਕਰਨਗੀਆਂ, ATS, ਫਾਰਮਿੰਗ, GTA, ETS, ਹੋਰ ਵੀ ਜੇ ਕੋਈ ਗੇਮਾਂ ਹੋਈਆਂ ਆਪਾਂ ਵੀ ਖੇਡਿਆ ਕਰਾਂਗੇ ਨਾ, ਰੈਂਚ ਸਿਮੂਲੇਟਰ ਵਗੈਰਾ। ਅਤੇ ਅੱਜ ਬਈ ਆਪਾਂ ਨੂੰ ਚਾਹੀਦਾ ਸੀਗਾ ਆਪਣੀ ਫਾਰਮਿੰਗ ਦੇ ਵਿੱਚ ਇੱਕ ਫੈਟਾਲਾਈਜ਼ਰ ਸਪਰੈਡਰ, ਠੀਕ ਆ, ਜਿਹੜਾ ਉਹ ਟਰੈਕਟਰ ਜਿਹਦੇ ਮਗਰ ਪੈਂਦਾ, ਤਾਂ ਸਾਨੂੰ ਮਿਲਿਆ ਉਹ, ਠੀਕ ਹੈ, ਮੈਕਸੀਕੋ ਤੋਂ। ਅਤੇ ਹੁਣ ਆਪਾਂ ਉੱਥੇ ਚੱਲਦੇ ਹਾਂ। ਟਰੱਕ ਆਪਣੇ ਵਾਲਾ ਤੁਹਾਨੂੰ ਪਤਾ ਰੈਡੀ 24 ਆਵਰ ਰੈਡੀ ਰਹਿੰਦਾ, ਅਤੇ ਇਹਨੂੰ ਲੈ ਕੇ ਚੱਲਦੇ ਹਾਂ ਮੇਰੇ ਵੀਰਿਓ। ਅਤੇ ਬਾਕੀ ਤੁਹਾਨੂੰ ਪਤਾ ਹੀ ਹੈ, ਕਹਿੰਦੇ ਇਹ ਕੈਮ ਚੀਜ਼ ਹੈ, ਅਤੇ ਜਿੱਥੇ ਇਹ ਜਾਂਦਾ ਨਾ ਫਿਰ ਧੂੜਾਂ ਪਟਦੇ ਹੀ ਤੁਰਿਆ ਜਾਂਦਾ। ਅਤੇ ਮਾੜੀ ਮੋਟੀ ਬਾਈ ਲੈਗ ਸ਼ੈਗ ਨੂੰ ਝੱਲ ਲਿਓ, ਕਿਉਂਕਿ ਯਾਰ ਸਿਸਟਮ ਦੇ ਵਿੱਚ ਨਾ ਕੋਈ ਪਤਾ ਨਹੀਂ ਕੋਈ OBS ਦੇ ਵਿੱਚ ਪ੍ਰੋਬਲਮ ਆ, ਮਾੜਾ ਮੋਟਾ ਨਾ ਉਹ ਕਰਦਾ ਯਾਰ, ਮੈਨੂੰ ਸਮਝ ਨਹੀਂ ਆ ਰਹੀ ਕਿਉਂ ਕਰੀ ਜਾਂਦਾ ਨਾ। ਅਤੇ ਬਟ ਉਹਨੂੰ ਆਪਾਂ ਹੌਲੀ ਹੌਲੀ ਨੈਕਸਟ ਟਾਈਮ ਟਰਾਈ ਕਰ ਲਾਂਗੇ। ਅਤੇ ਮੈਨੂੰ ਲੱਗਦਾ ਨਾ OBS ਨੂੰ ਕੱਟ ਕੇ ਦੁਬਾਰਾ ਚਲਾਉਣਾ ਪੈਣਾ ਆਪਾਂ ਨੂੰ, ਮਤਲਬ ਅਨਇੰਸਟਾਲ ਕਰਕੇ। ਅਤੇ ਲਓ ਵੀ ਮੁੰਡਿਓ, ਇੱਥੇ ਪਹੁੰਚੇ ਆਪਾਂ, ਅਤੇ ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਉਹ ਬਾਈ ਸਾਹਿਬ, ਅਤੇ ਲਓ ਜੀ, ਉਹ ਕਹਿੰਦੇ ਜੀ ਜੋਬਾਂ ਤੁਸੀਂ ਆਹ ਵੀ ਲੈ ਕੇ ਜਾ ਸਕਦੇ ਹੋ। ਹਜ਼ਾਰ ਤਾਂ ਬਾਹਲੀ ਦੂਰ ਛੱਡ ਕੇ ਆਉਣੀ ਮੁੰਡਿਓ, ਆਹ ਤਾਂ ਨਾ ਮਤਲਬ ਵੀ ਆਪਾਂ ਨੂੰ ਪੁੱਛੋ ਹੀ ਨਾ। ਦੇਖੋ, ਮੈਕਸੀਕੋ ਤੋਂ ਓਰੀਗੋਨ, ਠੀਕ ਹੈ, ਅਤੇ ਉਗਰ ਬੈਗਨ, ਓ ਹੋ ਹੋ ਮਾਈ ਗੋਡ, ਦਾਹੋ ਆਪਾਂ ਲੈ ਲਿਆ ਸੀ ਸ਼ਾਇਦ, ਆਈ ਡੋਂਟ ਨੋ। ਚਲੋ ਆਪਾਂ ਆ ਜਾਓ ਚੱਕਣੀ, ਆਪਾਂ ਨੂੰ ਆਹ ਚਾਹੀਦਾ, ਇਹ ਉੱਥੋਂ ਗਾਹਾਂ ਪਹੁੰਚਦਾ ਕਰ ਦੇਣਗੇ, ਆਪਾਂ ਉੱਥੋਂ ਤੱਕ ਹੀ ਲੈ ਕੇ ਜਾਣਾ। ਲਓ ਜੀ, ਕਹਿੰਦੇ ਜੀ ਟ੍ਰੇਲਰ ਤੁਹਾਡਾ ਰੈਡੀ ਹੈ ਮੁੰਡਿਓ, ਅਤੇ ਆਪਾਂ ਕਿਹਾ ਵੀ ਚੱਕ ਲੈਂਦੇ ਜੀ ਜਾ ਕੇ, ਦੱਬਦੇ ਕਾਹਨੂੰ। ਅਤੇ ਇੱਕ ਪਤਾ ਨਹੀਂ ਤਾਂ ਯਾਰ, ਇਹ ਪ੍ਰੋਫਾਈਲ ਦੇ ਵਿੱਚ ਨਾ ਆਪਣੇ ਕੋਲ ਟਰੱਕ ਬਹੁਤ ਆ, ਹੈ ਨਾ, ਅਤੇ ਸ਼ਾਇਦ ਵੀ ਤਾਂ ਕਰਕੇ ਥੋੜ੍ਹਾ ਜਿਹਾ ਚੱਕਰ ਪੈਂਦਾ ਮੇਰੇ ਵੀਰੋ, ਅਤੇ ਪਤਾ ਨਹੀਂ ਕੋਈ ਹੋਰ ਚੱਕਰ ਆ। ਅਤੇ ਇੱਕ ਨਾ ਤੁਹਾਨੂੰ ਕੈਮਰਾ ਲਾ ਕੇ ਦਿਖਾਵਾਂਗੇ, ਗੇਅਰ ਗੂਰ ਆਪਾਂ ਸੈੱਟ ਕੀਤਾ ਹੋਇਆ ਪੂਰਾ। ਅਤੇ ਬੱਲੇ ਬੱਲੇ ਬੱਲੇ, ਅਤੇ ਲਓ ਜੀ, ਕਹਿੰਦੇ ਲਾ ਲਈਏ ਬੈਲਟਾਂ ਸ਼ਲਟਾਂ, ਚੈੱਕ ਕਰੋ ਤੁਸੀਂ ਸਿਰਾ ਹੋਇਆ ਪਿਆ ਕੰਮ, ਕਹਿੰਦੇ ਮੁੰਡੇ ਸਟੀਅਰਿੰਗ 'ਤੇ ਨਹੀਂ ਜਾਣਾ, ਬਦਤਮੀਜ਼ੀ ਨਹੀਂ ਕਰਨੀ ਕਹਿੰਦੇ ਹੋਏ, ਠੀਕ ਹੈ ਨਾ। ਲਓ ਵੀ ਮੇਰੇ ਵੀਰੋ, ਕਹਿੰਦੇ ਜੀ ਸਿਰਫ ਆਉਣ ਲਈ 262 ਕਿਲੋਮੀਟਰ ਹੈ ਜਿੱਥੇ ਆਪਾਂ ਜਾਣਾ, ਅਤੇ ਧੂੜਾਂ ਪਾ ਦੇਵਾਂਗੇ ਮੇਰੇ ਵੀਰੋ, ਧੂੜੇ ਪਾਟ ਦੇਂਗੇ, ਧੂੜ ਪਾਟ ਦੇਂਗੇ। ਅਤੇ ਚਲੋ ਵੀ ਚੋਬਰੋ, ਪਹਿਲੀ ਗਲਤੀ ਹੋ ਗਈ ਸੀ, ਗਲਤੀ ਹੋ ਗਈ ਸੀ, ਅਸੀਂ ਗਲਤ ਲੈਣ ਦੇ ਵਿੱਚ ਆ ਗਏ ਸੀ, ਸਾਡਾ ਚਲਾਨ ਬਣਦਾ ਸੀ, ਇਹ ਤਾਂ ਚਲੋ ਕੋਈ ਮਾਮਾ ਨਹੀਂ ਆਇਆ ਉੱਥੇ, ਅਤੇ ਨਹੀਂ ਤਾਂ ਕੰਮ ਹੋ ਗਿਆ ਸੀ। ਅਤੇ ਇੱਕ ਇਹਦੇ ਇੰਡੀਕੇਟਰਾਂ ਦੀਆਂ ਤਾਰਾਂ ਗਲਤ ਭਿੜ ਗਈਆਂ ਯਾਰ, ਉਹ ਵੀ ਸਹੀ ਕਰਾਉਣੀਆਂ ਨੇ ਮਿਸਤਰੀ ਨੂੰ ਕਹਿ ਕੇ, ਉਹ ਕੀ ਹੋਇਆ ਨਾ, ਓਏ 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 ਓਏ, ਉਹ ਲਾਤਕਾਂ ਨੇ ਪਤੰਦਰ ਨੇ ਤਾਰਾਂ ਪੁੱਠੀਆਂ। ਚੱਲ ਲੰਘੇ ਲੰਘੇ, ਬਚਤ ਰਹੇਗੀ ਬਚਤ ਰਹੇਗੀ ਬਚਤ ਰਹੇਗੀ। ਲਓ ਵੀ ਮੁੰਡੇ, ਲਾਈਟਾਂ ਹੋ ਰਹੀਆਂ ਨੇ ਕਹਿੰਦੇ ਰੈੱਡ, ਥੋੜ੍ਹਾ ਜਿਹਾ ਗਾਹਾਂ ਹੋਰ ਤੋਰੀਏ। ਲਓ ਜੀ, ਇਹ ਪੁੱਠੇ ਪਾਸੇ ਚੱਲਦਾ, ਸੱਜੇ ਨਾਲ ਖੱਬਾ, ਖੱਬੇ ਨਾਲ ਸੱਜਾ ਇੰਡੀਕੇਟਰ। ਅਤੇ ਹੁਣ ਆਪਾਂ ਵੇਟ ਕਰੀਏ, ਇਹਨਾਂ ਲਾਈਟਾਂ ਹੋਣਗੀਆਂ ਤਾਂ ਚੱਲਾਂਗੇ, ਇੱਥੇ ਖੜ੍ਹੇ ਹਾਂ 2 ਮਿੰਟ। ਅਤੇ ਬਾਈ ਆਹ ਚੈੱਕ ਕਰੋ ਤੁਸੀਂ, ਕਿਆ ਬਾਤ ਹੈ,
ਤੇ ਮੁੰਡਿਓ ਜਿਹਦੇ ਕੋਲ ਇਹ ਨਹੀਂ ਚੀਜ਼ਾਂ ਆਉਂਦੀਆਂ ਬਾਈ ਪੁੱਛਦਾ ਹੋਊ ਵੀ ਕਿਉਂ ਬਾਈ ਸਾਡੇ ਕੋਲ ਤਾਂ ਹੈ ਨਹੀਂ ਇਹ, ਤਾਂ ਇਹ DLC ਸੀਗਾ ਫਾਰਮਿੰਗ ਇਕਵਿਪਮੈਂਟ ਵਾਲਾ, ਅਤੇ ਆਪਾਂ ਉਹ ਕਰ ਲਿਆ ਬਾਈ, ਅਤੇ ਤਾਂ ਕਰਕੇ ਆਪਣੇ ਕੋਲ ਵੀ ਇਹ ਚੀਜ਼ਾਂ ਆ ਗਈਆਂ। ਅਤੇ ਇੱਥੇ ਬਾਈ ਬਹਿ ਕੇ ਨਾ ਚਲਾਉਣ ਦਾ ਜਿਹੜਾ ਸਵਾਦ ਹੈ ਨਾ ਟਰੱਕ, ਉਹ ਵੱਖਰਾ ਹੀ ਆ। ਅਤੇ ਲਓ ਵੀ ਮੇਰੇ ਵੀਰੋ, ਕਹਿੰਦੇ ਇੰਡੀਕੇਟਰ ਹੋ ਚੁੱਕਿਆ ਬੰਦ, ਅਤੇ ਟਰੱਕ ਲਿਆ ਆਪਾਂ ਤੋਰ, ਅਤੇ ਚਾਹ ਪਾਣੀ ਪੀਣ ਦਾ ਟਾਈਮ ਹੈ ਨਹੀਂ। ਕਹਿੰਦੇ ਸ਼ਾਮ ਕਿੰਨਾ ਟਾਈਮ ਹੋ ਗਿਆ ਮੁੰਡੇ ਜੀ, 5:40 ਹੋ ਗਏ, ਅਤੇ ਮੈਂ ਸੋਚਦਾ ਵੀ ਘੰਟੇ 2 'ਚ ਨਿਬੇੜ ਦਈਏ ਕੰਮ, ਠੀਕ ਹੈ, ਖਿੱਚ ਕੇ ਲਾਈਏ ਟਰੱਕ ਨੂੰ ਵੀ ਹਨੇਰਾ ਨਾ ਹੋ ਜਾਵੇ ਕਿਤੇ ਜਾਂਦਿਆਂ ਨੂੰ, ਅਤੇ ਫਿਰ ਹੋ ਜੂ ਔਖਾ। ਅਤੇ ਇੱਕ ਆਪਾਂ ਥੋੜ੍ਹੀਆਂ ਮੋਟੀਆਂ ਕਹਿੰਦੇ ਯਾਰ ਫੋਟੋਆਂ ਛੋਟੋਆਂ ਵੀ ਕਰਨੀਆਂ ਹੈ, ਚੈੱਕ ਕਰੋ ਬਾਈ ਮੌਸਮ, ਓਏ ਹੋਏ ਹੋਏ ਜਾਂਦਾ ਫਿਰ ਬਾਟਾਂ ਵੱਢਦਾ, ਕਿਆ ਬਾਤ ਹੈ ਕਿਆ ਬਾਤ ਹੈ ਬਾਈ। ਹੋਈ 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 ਤੇ ਲਓ ਵੀ ਮੇਰੇ ਵੀਰੋ, ਹੋਈ 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 ਤੇ ਵਿੱਚ ਨਾ ਵੱਜੇ ਬਾਈ ਕਿਸੇ ਦੇ, ਠੀਕ ਹੈ, ਤਾਂ ਕਰਕੇ ਚੱਕਰ ਪੈ ਜਾਂਦਾ। ਅਤੇ ਬਾਕੀ ਆਪਾਂ ਕੈਮਰੇ ਕੁਮਰੇ, ਓਏ ਹੋਏ 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 ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ। ਪੰਗੇ ਬਾਈ ਕੈਮਰਾ ਨਾਲ ਲੈ ਰਹੇ ਹਾਂ, ਦੇਖੋ ਦੋਨੇ ਪਾਸਿਓਂ ਕਿੱਦਾਂ ਦੀ ਲੁੱਕ ਆ ਰਹੀ ਹਰ ਇੱਕ ਚੀਜ਼ 'ਚ ਨਾ, ਵਾਹ ਜੀ ਵਾਹ। ਬੱਲੇ 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 ਜਾਂਦਾ ਫਿਰ ਬਾਟਾਂ ਵੱਢਦਾ, ਆਏ ਹਾਏ 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 ਹਾਏ। ਅਤੇ ਲਓ ਵੀ ਮੁੰਡਿਓ ਬਹੁਤ ਹੋ ਗਈ ਹਾਸੀ ਮਜ਼ਾਕ, ਚੌੜ ਮਸਤ ਅਤੇ ਖਿੱਚ ਕੇ ਟਰੱਕ ਨੂੰ ਹੁਣ ਦੱਬੀਏ, ਕਹਿੰਦੇ ਥੋੜ੍ਹਾ ਜਿਹਾ ਇਹ ਤਾਂ ਲੋਟ ਨਹੀਂ ਆਉਣਾ ਚੋਬਰਾ। ਚੱਲ 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 ਕਹਿੰਦੇ ਬਾਈ ਆਪਣੇ ਨਾਲ ਆਉਣਾ ਸੀ, ਇੱਕ ਆਪਣਾ ਹਜੂਰ ਮਾਨ ਨੇ ਆਉਣਾ ਸੀ, ਅਤੇ ਹੋਰ ਵੀ ਆਪਣੇ ਇੱਕ ਦੋ ਯਾਰ ਬੇਲੀਆਂ ਨੇ ਆਉਣਾ ਸੀ, ਚੱਕਰ ਇਹ ਪੈ ਗਿਆ ਜੀ ਕਿਉਂਕਿ ਸਾਡੇ ਕੋਲ ਹੋ ਗਿਆ ਰਾਤ, ਨਹੀਂ ਸਾਡੇ ਕੋਲ ਹਜੇ ਰਾਤ ਨਹੀਂ ਹੋਈ, ਉੱਥੇ ਇੰਡੀਆ ਰਾਤ ਹੋਣ ਵਾਲੀ ਹੈ, ਤਾਂ ਕਰਕੇ ਚੱਕਰ ਪੈ ਗਿਆ। ਅਤੇ ਚੋਬਰ ਹੁਣ ਸੌਂ ਸੂ ਗਏ, ਬਟ ਆਪਾਂ ਸਟਿਲ ਵੀਡੀਓ ਬਣਾਈ ਇਹਨੇ ਤੁਹਾਡੇ ਲਈ, ਅਤੇ ਇਹਨੂੰ ਵੀ ਪਿਆਰ ਦਿਓ ਯਾਰ ਤੁਸੀਂ, ਗੇਮ ਨੂੰ ਸਾਰੀਆਂ ਗੇਮਾਂ ਤੁਸੀਂ ਪਿਆਰ ਦਿਆ ਕਰੋ, ਫਿਰ ਹੀ ਕਹਿੰਦੇ ਵੀਰੇ ਵੀਰੋ ਸਵਾਦ ਆਉਣਾ ਦੇਖਣ ਦਾ। ਅਤੇ 149 ਕਿਲੋਮੀਟਰ ਰਹਿ ਗਿਆ, ਅਤੇ ਹਨੇਰਾ ਵੀ ਹੋਣ ਲੱਗ ਗਿਆ ਬਾਈ, ਅਤੇ ਬਟ ਮੈਨੂੰ ਲੱਗਦਾ ਵੀ ਆਪਾਂ ਨੂੰ 8:30 ਵਜੇ ਨੂੰ ਆਪਾਂ ਪਹੁੰਚ ਜਾਂਗੇ ਉੱਥੇ, ਠੀਕ ਆ, ਉਦੋਂ ਬਾਅਦ ਉਹਨਾਂ ਦੇ ਕੰਮ ਨੇ ਵੀ ਆਪਦਾ ਲੈ ਕੇ ਚੱਲ ਜਾਣਗੇ। ਓਏ 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 ਬਸ ਐਕਸੀਡੈਂਟ ਹੋਣ ਤੋਂ ਬਚਾਉਣਾ, ਬੱਲੇ 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 ਬੱਲੇ। ਤੇ ਲਓ ਮੁੰਡੇ ਜਾਂਦਾ ਵੇਖੋ ਯਾਰ ਤੁਸੀਂ, ਸਪੀਡ ਚੈੱਕ ਕਰੋ, ਤੇ ਇੱਥੋਂ ਤਾਂ ਐਂ ਲੱਗਦਾ ਵੀ ਯਾਰ ਕਿੰਨਾ ਗੋੜਦਾ ਹੋਏ ਦੇ, ਇੱਥੋਂ ਪਤਾ ਲੱਗਦਾ ਵੀ ਹਾਂ ਜਾਂਦਾ। ਓਏ ਹੋਏ ਹੋਏ ਬਚਤ ਰਹਿ ਗਈ ਬਚਤ ਰਹਿ ਗਈ। ਕਹਿੰਦੇ ਮੇਰੇ ਵੀਰੋ ਟਰੱਕ ਠੋਕਦਾ ਸੀ ਹਾਸੀਆਂ ਮਜ਼ਾਕ ਦੇ ਚੱਕਰ ਦੇ ਵਿੱਚ, ਚੱਲ
ਚੱਲ ਚੱਲ ਚੱਲ ਚੱਲ ਚੋਬਰਾ। ਓਏ ਹੋਏ 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 ਬਾਈ, ਸੂਰਜ ਨਾ ਸਿੱਧਾ ਉਧਰੋਂ ਵੱਜਦਾ ਈ ਯਾਰ, ਤੇ ਸ਼ਾਮ ਦਾ ਟਾਈਮ ਹੋ ਰਿਹਾ, ਤੇ ਹੁਣ ਕਹਿੰਦੇ ਵੀ ਅਸੀਂ ਵੇਂਹਦੇ ਨਹੀਂ ਵੀ ਕਿਹੜੀ ਲਾਈਨ 'ਚ ਕਿੱਧਰ ਪਾਈ ਫਿਰਦੇ ਹੈ। ਵੈਸੇ ਤਾਂ ਆਪਣਾ ਚਲਾਨ ਬਣਦਾ ਜੀ, ਆਪਾਂ ਨੂੰ ਪੁਲਿਸ ਨੇ ਇੱਥੇ ਦੇਖ ਲਿਆ, ਬਟ ਕੋਈ ਚੱਕਰ ਨਹੀਂ, ਡਰਨਾ ਨਹੀਂ ਬਸ। ਓਏ ਹੋਏ 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 ਓਏ 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 ਹੋ 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 ਧੱਕਾ 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 ਧੱਕਾ, ਸ਼ਰੇਆਮ ਧੱਕਾ ਹੋ ਗਿਆ ਸੀ। ਓਏ ਬਾਈ ਗਲਤ ਧੱਕਾ ਆਪਾਂ ਨਹੀਂ ਕਰਾਉਣਾ ਆਪਣੇ ਨਾਲ। ਬੱਲੇ 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 ਬੱਲੇ, ਅੱਗ ਲੱਗ ਗਈ ਬਾਈ ਗੱਡੀ ਨੂੰ। ਇਹ ਤਾਂ ਜਨਤਾ ਹੌਲੀ ਨਹੀਂ ਤੋਰਦੀ ਯਾਰ ਆਪਣੇ ਵਰਗੀ, ਅਤੇ ਹੁਣ ਚਲੋ ਸੱਟ ਫੇਟ ਤੋਂ ਬਚਤ ਰਹਿ ਗਈ ਆਪਣੀ ਤਾਂ। ਅਤੇ ਜਿੰਨੀ ਕੁ ਆਪਣੀ ਸਪੀਡ ਸੀ ਨਾ, ਹੈ ਤਾਂ ਆਪਾਂ ਓਵਰ ਸਪੀਡ ਸੀ, ਇੰਨੀ ਸਪੀਡ 'ਤੇ ਜਾਣਾ ਨਹੀਂ ਚਾਹੀਦਾ, ਸੱਟ ਫੇਟ ਤਾਂ ਬਹੁਤ ਡਰ ਹੁੰਦਾ। ਅਤੇ ਬਟ ਕੀ ਕਰੀਏ ਯਾਰ, ਕਾਹਲੀ ਬੜੀ ਸੀ, ਅਤੇ ਆਪਾਂ ਪਰਲੀ ਰੋਡ ਤੋਂ ਵੀ ਚੜ੍ਹ ਸਕਦੇ ਸੀ, ਮੈਂ ਕਿਹਾ ਨਹੀਂ ਯਾਰ ਆਪਾਂ ਇਸੇ ਰੋਡ 'ਤੇ ਜਾਣਾ। ਅਤੇ ਚਲਾਣ ਬਚ ਗਿਆ ਜੀ, ਬਚ ਗਿਆ। ਅਤੇ ਬਾਈ ਹੋਰ ਮੈਨੂੰ ਦੱਸਿਆ ਕਰੋ ਯਾਰ, ਗੇਮਾਂ ਤੁਸੀਂ ਦੱਸ ਦਿਆ ਕਰੋ, ਕਿਹੜੀਆਂ ਕਿਹੜੀਆਂ ਖੇਡੀ ਹੈ ਨਾ। ਅਤੇ ਫਾਰਮਿੰਗ ਦੇ ਅਤੇ FS19 ਵਾਲਿਓ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਤੁਹਾਡੇ ਵੀ ਮੋਡ ਆਉਣਗੇ ਬਾਈ। ਆਪਾਂ ਹੁਣ ਸੋਚਦੇ ਹਾਂ ਵੀ ਦੋ ਵੀਡੀਓ FS22 ਦੀਆਂ ਅਤੇ ਦੋ ਹੀ FS19 ਦੀਆਂ ਜੇ ਪਾਇਆ ਕਰੀਏ ਨਾ ਤਾਂ ਬੈਸਟ ਹੋਊ, ਠੀਕ ਹੈ। ਲਓ ਵੀ ਮੇਰੇ ਵੀਰਿਓ, ਕਹਿੰਦੇ 35 ਆ ਤੱਕ ਚੈਂਪੀਅਨ ਹੈ ਭਾਜੀ, 60 ਕਿਲੋਮੀਟਰ ਰਹਿ ਗਿਆ, ਬਟ ਸਟਿਲ ਕਹਿੰਦੇ ਵੀ 35 ਤੁਰਿਆ ਜਾਣਾ ਹੈ। ਲਓ ਜੀ ਕਹਿੰਦੇ ਚੈੱਕ ਕਰੋ, ਓਹੋ ਹੋ ਓ ਹੋ ਹੋ ਓਏ ਓਏ ਯਾਰ, ਆ ਇੱਥੋਂ ਨਾ ਜਦੋਂ ਇਹ ਖੇਡਦੇ ਨਾ ਮੋੜ, ਉਹ ਥੋੜ੍ਹਾ ਜਿਹਾ ਡਰ ਲੱਗਦਾ ਵੀ ਯਾਰ ਟਰੱਕ ਗਿਆ 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 ਗਿਆ, ਬਾਕੀ ਕੋਈ ਚੱਕਰ ਨਹੀਂ, ਠੀਕ ਹੈ। ਬਾਕੀ ਕਹਿੰਦੇ ਆਲ ਇਜ਼ ਵੈਲ, ਹੈ ਨਾ, ਇਹੀ ਹੁੰਦਾ ਨਾ। ਚੱਲ ਵੀ ਚੋਬਰਾ ਕਹਿੰਦੇ ਨਿਮੇੜ ਕੰਮ, ਅਤੇ 47 ਕਿਲੋਮੀਟਰ ਦੀ ਵਾਟ ਕਹਿੰਦੇ ਰਹਿ ਗਈ ਜੀ। ਵੈਸੇ ਅੱਜ ਅਸੀਂ ਪਹਿਲੀ ਵਾਰ ਲਿਆਏ ਹਾਂ, ਡੈਮੇਜ ਤਾਂ ਹੋ ਗਿਆ ਥੋੜ੍ਹਾ ਮੋਟਾ, ਬਚਤ ਬੜੀ ਰਹਿ ਗਈ। ਅਤੇ ਬਾਕੀ ਕਹਿੰਦੇ ਇਹਦਾ ਇੰਜਨ ਉਂਜਨ ਆਪਾਂ ਗ੍ਰੇਡ ਕਰਾਵਾਂਗੇ ਥੋੜ੍ਹਾ ਮੋਟਾ, ਗੇਅਰ ਗੂਰ ਵਾਲੀ ਰੇਸ਼ੋ ਵਗੈਰਾ ਇਹਦੇ ਯਾਰ ਦੇਖਦਾ 18 ਗੇਅਰ ਨਾਲ। ਓਏ ਹੋਏ 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 ਹੋਏ, ਬਚਤ ਰਹਿ ਗਈ, ਬਚਤ ਮੁੰਡਿਓ। ਆਪਾਂ ਪਹੁੰਚ ਗਏ ਜਿੱਥੇ ਆਪਾਂ ਆਉਣਾ ਸੀ, ਅਤੇ ਮੈਨੂੰ ਲੱਗਦਾ ਜੇ ਆਪਾਂ ਰੀਅਲ 'ਚ ਇਹ ਕੰਮ ਕਰੀਏ ਤਾਂ ਆਪਾਂ ਨੂੰ ਕੰਮ 'ਚ ਨਾ ਰੱਖਣ ਯਾਰ। ਉਹਨਾਂ ਨੇ ਕਹਿ ਦੇਣਾ ਵੀ ਬਾਈ ਦੇਖੋ ਇੱਦਾਂ ਤਾਂ ਲੋਟ ਆਉਣਾ ਨਹੀਂ, ਕਿਉਂਕਿ ਤੁਸੀਂ ਸਾਡੀਆਂ ਚੀਜ਼ਾਂ ਭੰਨਣ 'ਤੇ ਹੋਏ ਹੋ। ਅਤੇ ਲਓ ਵੀ ਚੋਬਰੋ ਕਹਿੰਦੇ ਲਓ ਵੀ ਮੇਰੇ ਵੀਰੋ, ਬਸ ਕੁਛ ਹੀ ਪਲਾਂ ਦੀ ਵੇਟ, ਕਹਿੰਦੇ 13 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਜਾਣਾ।
ਪਹਿਲਾਂ ਚੈੱਕ ਕਰਕੇ ਦੇਖਣਾ ਪੈਣਾ ਦਿਖੜਾ ਕੇ ਵੀ ਸਾਰਾ ਸਮਾਨ ਆਪਣਾ ਸਹੀ ਆ ਕਿ ਖਿਲਾਰਤਾ, ਕਹਿੰਦੇ ਮੇਰੇ ਵੀਰੇ ਉਹ ਖਿਲਾਰਤਾ ਬਾਈ। ਫਾਸਟ ਸਰਵਿਸ ਆਪਣੀ ਸਿਰੇ ਵਾਲਾ ਕੰਮ ਕਰਾਤਾ ਕਹਿੰਦੇ ਜੀ, ਅਤੇ ਬਾਕੀ ਥੋੜ੍ਹੀ ਜਿਹੀ ਪ੍ਰੋਬਲਮ ਆਈ ਸੀ ਆਪਾਂ ਨੂੰ ਟਰੱਕ ਦੇ ਵਿੱਚ, ਬਟ ਬਚਤ ਰਹੇਗੀ। ਅਤੇ ਜ਼ਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਵੀ ਅਗਲਾ ਲੋਡ ਕਿਹੜਾ ਚੱਕਾਂਗੇ ਜਦੋਂ ਨੈਕਸਟ ਵੀਡੀਓ ਬਣਾਵਾਂਗੇ ਨਾ। ਅਤੇ ਜੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋਗੇ ਨਾ ਆਪਾਂ ਉਹੀ ਚੀਜ਼ ਕਰਿਆ ਕਰਾਂਗੇ, ਅਤੇ ਜਿਹੜਾ ਮੇਰਾ ਭਰਾ ਦੱਸਿਆ ਕਰੂ ਨਾ ਉਹਦਾ ਕਮੈਂਟ ਹਾਈਲਾਈਟ ਕਰਿਆ ਕਰਾਂਗੇ ਪੱਕਾ, ਵੀਡੀਓ ਜਦੋਂ ਬਣਾਇਆ ਕਰਾਂਗੇ ਉਦੋਂ, ਠੀਕ ਹੈ। ਅਤੇ ਲਓ ਵੀ ਚੋਬਰੋ ਪਹੁੰਚ ਗਏ ਆਪਾਂ। ਓਏ ਹੋਏ 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 ਹੋਏ, ਕਹਿੰਦੇ ਜੀ ਟਰੱਕ ਲਾਉਣਾ ਇੱਥੇ, ਲਾਵਾਂਗੇ ਬੈਕ ਹੀ ਅਤੇ ਲਾਵਾਂਗੇ, ਦੇਖਦੇ ਆਪਾਂ ਜੇ ਇਹਦੇ ਵਿੱਚ ਦੀ ਦੇਖੀਏ ਕੀ ਹੁੰਦੇ ਨੇ ਆਹ। ਉਹ ਦੇਖ ਝਾੜੂ ਪੋਚਾ ਕਰੀ ਜਾਂਦਾ ਮੇਰੇ ਵੀਰ। ਲੋ ਵੀ 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 ਅਤੇ ਲੋ ਵੀ ਮੇਰੇ ਭਰਾਵੋ, ਕਹਿੰਦੇ ਪਹਿਲੀ ਵਾਰ ਟਰਾਈ ਕਰਦੇ ਹਾਂ ਵੀ ਟਰੱਕ ਲਾਉਣਾ ਬੈਕ ਕਾਹਦੇ ਵਿੱਚ, ਦੇਖ ਕੇ ਸ਼ੀਸ਼ਿਆਂ 'ਚ। ਵੈਸੇ ਇੱਥੇ ਲੱਗਣਾ ਨਹੀਂ ਕਿਉਂਕਿ ਜਗ੍ਹਾ ਬਹੁਤ ਘੱਟ ਆ, ਪਰਲੇ ਪਾਸੇ ਦੀ ਇੱਕ ਵਾਰੀ ਆਪਾਂ ਨੂੰ ਲੈ ਕੇ ਆਉਣਾ ਪੈਣਾ, ਬਟ ਕੋਈ ਚੱਕਰ ਨਹੀਂ, ਹੌਲੀ ਹੌਲੀ ਚੀਜ਼ਾਂ ਸਿੱਖ ਲਾਂਗੇ। ਲਓ ਵੀ ਮੇਰੇ ਵੀਰੋ ਮੋੜੋ 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 ਨੂੰ, ਆਏ ਹਾਏ। ਓਏ ਐਡੀ ਦੂਰ ਵੀ ਨਹੀਂ ਲੈ ਕੇ ਚੱਲ ਖੜਾ, ਥੋੜ੍ਹਾ ਹੋਰ ਕਰ ਹੀ ਲੈਗਾ। ਹਾਂ ਤੇ ਇੱਕ ਵਾਰੀ ਚੈੱਕ ਕਰੀਏ ਲਾਉਣਾ ਕਿੱਥੇ ਆ, ਲਾਉਣਾ ਹੋ ਪਰਲੇ ਪਾਸੇ ਨਾ, ਅਤੇ ਲੱਗੂ ਵੀ ਤਰੀਕੇ ਨਾਲ ਹੀ। ਚਲੋ ਜੀ ਯਾਰ, ਸੱਚੀ ਨਹੀਂ ਆਪਾਂ ਤਾਂ ਡਰਾਈਵਰੀ ਇਹ ਚੀਜ਼ ਦੀ ਸਿੱਖਣੀ ਪੈਣੀ। ਚੱਲ 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 ਚੱਲ, ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ। ਲਓ ਵੀ ਚੱਲ, ਸਕਿੱਪ ਨਹੀਂ ਨਾ ਕਰਨਾ, ਸਕਿੱਪ ਨਹੀਂ ਨਾ ਕਰਨਾ।
ਆਪਾਂ ਡਰਾਈਵਰ ਨਹੀਂ ਬਣ ਸਕਦੇ ਮੈਨੂੰ ਲੱਗਦਾ। ਸਾਲਾ ਸੌਖਾ ਬੈਗ ਨਹੀਂ ਲੱਗਦਾ ਆਪਾਂ ਤੋਂ। ਚੱਲ ਓਏ ਤਾਂ ਬਾਈ ਬਿਲਕੁਲ ਧੱਕਾ ਹੋ ਗਿਆ ਯਾਰ, ਸਲਾ ਪਤਾ ਹੀ ਨਹੀਂ ਲੱਗ ਰਿਹਾ ਮੁੜ ਕਿੱਧਰ ਨੂੰ ਰਿਹਾ ਸਿਆਪਾ। ਇੱਧਰ ਨੂੰ ਲੈ ਕੇ ਜਾਣਾ ਕੱਟੀ ਕੱਲ ਤੇ ਜਾਂਦੇ ਆਪਾਂ। ਵੈਸੇ ਬੜਾ ਸਿੰਪਲ ਬੈਗ ਲੱਗਣਾ ਸੀ ਨੇ ਉਹੀ, ਮੈਂ ਤਾਂ ਗੇੜਿਆਂ 'ਤੇ ਹੋਇਆ ਪਿਆ ਜੇ ਆਪਾਂ ਇੱਥੋਂ ਲਿਆਉਂਦੇ ਨਾ। ਸ਼ੀਸ਼ਾ ਵੀ ਦੇਖ ਕੇ ਲਾਉਣਾ ਸਿੱਖਣਾ ਪੈਣਾ। ਟੱਟੂ ਦੀ ਡਰਾਈਵਰੀ ਕਰਨੀ ਸਾਲੀ, ਹਜੇ ਵੀ ਬੈਗ ਸਹੀ ਨਹੀਂ ਲੱਗਿਆ ਬਟ ਲਾ ਤਾ। ਚਲੋ ਜੀ ਕੋਈ ਚੱਕਰ ਨਹੀਂ, ਅਤੇ ਲਓ ਜੀ ਮੁੰਡਿਓ ਲਾ ਤਾ ਟਰਾਲਾ ਅਤੇ ਪੈਸਾ ਇਹਦੇ ਵਿੱਚ ਕਹਿੰਦੇ ਵੀ ਹੈਕ ਸ਼ੈਕ ਲੱਗੇ ਹੋਏ ਬਹੁਤ ਮਿਲਣਾ, ਛੱਡੋ ਕੀ ਲੈਣਾ ਬੱਲੇ ਬੱਲੇ ਤੋਂ। ਅਤੇ ਬਾਕੀ ਮੈਨੂੰ ਪਤਾ ਆਪਾਂ ਡਰਾਈਵਿੰਗ ਬੜੀ ਗੰਦੀ ਕੀਤੀ, ਬੈਗ ਲਾਉਣ ਵਾਲਾ ਤਾਂ ਕੰਮ ਔਖਾ ਹੀ ਹੈ, ਹੌਲੀ ਹੌਲੀ ਸਿੱਖਾਂਗੇ ਠੀਕ ਹੈ। ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ, ਬਾਬਾ ਟੇਕ ਕੇਅਰ, ਜਿਉਂਦੇ ਬਚਦੇ ਰਹੋ, ਸਤਿ ਸ਼੍ਰੀ ਅਕਾਲ।